इन्ना वेलकम मेरा, थैंक यू ओ सत श्रीकाल जी, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਈ ਆਪਣੇ ਸ਼ੋਅ ਵਿੱਚ, ਜਿੰਨਾ ਮੈਂ ਹੈਗਾ ਆ ਕੈਂਪਸ ਰਿਪੋਰਟਰ ਮੇਰਾ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਉਹ ਗੱਲ ਸੁਣੀ ਜਿਹਦੇ ਮੂੰਹ 'ਤੇ ਨਹੀਂ ਦਾੜੀ ਮੋਛ ਉਹਦਾ ਨਹੀਂ ਕੁਛ, ਕਦੇ ਸੁਣੀ ਐਸੀ ਗੱਲ? ਨਹੀਂ। ਅਤੇ ਕਦੇ ਮੁੱਛ ਮਰੋੜਨ ਨੂੰ ਜੀ ਨਹੀਂ ਕੀਤਾ? ਲਾਈ ਨਹੀਂ। ਅਤੇ ਕਦੇ ਮਨ ਕਰਦਾ ਹੋਵੇ ਕਿਸੇ ਆਂਡੀ ਗੁਆਂਢੀ ਦੀ ਮਰੋੜ ਲਿਆ ਕਰੋ ਜਿੱਦੀ ਹੋਵੇ? ਕਿਹੜੀ ਕਲਾਸ 'ਚ ਪੜ੍ਹਦੇ ਹੋ? ਮੈਂ ਬੀਟੈਕ ਮਕੈਨਿਕ ਫਸਟ ਸੈਮ। ਭਾਬੀ ਜੀ ਮੈਨੇ ਇਸ ਲਈ ਕਿਹਾ, ਸ਼ਾਦੀ ਸ਼ੁਦਾ ਹੈ ਨਾ ਜੀ, ਖੜੇ ਹੋਏ ਮਾਰਜੇ। ਚੂੜੀਆਂ ਨਹੀਂ ਨਹੀਂ ਮੇਰੇ ਪਿਆ ਗਏ ਰੰਗੀਨ, ਵਹਾਂ ਸੇ ਕੀਆ ਹੈ ਟੈਲੀਫੋਨ। ਜਿਹਦਾ ਹੈਗਾ ਉਹਨੂੰ ਸਤਾਨ ਨਹੀਂ ਦੇ, ਤੈਨੂੰ ਬੜੀ ਸਤਾਉਂਦੀ ਆ। ਆਪਣੀ ਸੱਸ ਦੀਆਂ ਤਾਰੀਫਾਂ ਕਰਨੀਆਂ, ਇੰਨੀਆਂ ਕਰ ਦਿਓ ਕਿ ਸੱਸ ਜਾਂਦਿਆਂ ਨੂੰ ਬਸ ਕਹੋ ਮੇਰੀ ਧੀ ਬੜੀ ਧੀ, ਕੋਈ ਨਹੀਂ ਮੇਰੀ ਨੂੰਹ ਨੂੰ ਤੇ ਮੈਂ ਝੀ ਸਮਝਿਆ ਹੋਇਆ। ਇੱਦਾਂ ਜਾ ਕੇ ਸੱਚ ਜੱਫੀ ਪਾਲੇ ਜਿਵੇਂ 100 ਸਾਲ ਬਾਅਦ ਮਿਲੇ, ਪੁੱਛ ਇੰਨੀਆਂ ਤਾਰੀਫਾਂ। ਭਾਈ ਦਾ ਨਾਂ ਕੀ ਆ? ਭਾਈ ਦਾ ਨਾਂ ਕੀ? ਭਾਜੀ ਦਾ ਮੋਹਿਤ। ਇੰਨੀਆਂ ਤਾਰੀਫਾਂ 'ਚ ਮੋਹਿਤ ਦੇ ਡੈਡੀ ਨੇ ਨਹੀਂ ਕਦੀ ਕੀਤੀਆਂ ਕੁਛ ਇੱਦਾਂ ਦੀ ਤਾਰੀਫ, ਉਹ ਵੇਖ ਰਹੇ ਨੇ। ਆਂਟੀ ਆਂਟੀ ਤਾਰੀਫ ਸੁਣੋ। ਹਾਂਜੀ ਉਹਨਾਂ ਨੂੰ ਵੇਖ ਕੇ ਵੇਖ ਰਹੇ ਨੇ, ਬਹੁਤ ਚੰਗੇ ਮਤਲਬ ਕੋਪਰੇਟ ਕਰਦੇ ਆ ਮੈਨੂੰ ਪੂਰਾ। ਬਹੁਤ ਚੰਗੇ ਮਤਲਬ ਕੋਪਰੇਟ ਕਰਦੇ ਮੇਰੇ ਕੋਲ, ਇੰਨੀ ਕੁ ਗੱਲ ਬਸ ਸੱਸ ਦੇ ਕੰਨ ਤਰਸ ਕੇ ਸੁਣੋ। ਮਤਲਬ ਪੜ੍ਹਨੇ ਵਾਸਤੇ ਪੂਰਾ ਟਾਈਮ ਦਿੰਦੇ ਆ। ਅੱਛਾ ਪੜ੍ਹਨ ਵਾਸਤੇ ਪੂਰਾ ਟਾਈਮ ਦਿੰਦੇ ਨੇ, ਓਕੇ। ਸਵੇਰੇ ਬ੍ਰੇਕਫਾਸਟ ਕੌਣ ਬਣਾਉਂਦਾ? ਮੰਮਾ ਹੀ। ਮੰਮਾ ਬ੍ਰੇਕਫਾਸਟ, ਲੰਚ ਮੰਮਾ ਹੀ, ਡਿਨਰ ਡਿਨਰ ਅਸੀਂ ਅਸੀਂ ਮਿਲ ਕੇ, ਤੁਸੀਂ ਤੇ ਤੁਹਾਡੇ ਘਰ ਪਰ ਰਲ ਕੇ ਬਣਾਉਂਦੇ? ਅੱਛਾ ਇਹ ਉਹ ਆਟਾ ਗੋਂਦਾ ਹੈ ਨਾਲ ਬੇੜੇ ਕਰਕੇ ਤੇ ਇਹਨੇ ਮੰਮੀ ਦੀ ਮਦਦ ਨਹੀਂ ਕਰਨੀ, ਨਾਲ ਦੀ ਨੂੰ ਤਾਂ ਕੋਈ ਦੁੱਖ ਆਵੇ ਹੀ ਨਾ ਜ਼ਿੰਦਗੀ 'ਚ। ਚਲੋ ਜੀ ਵਧੀਆ ਗੱਲ ਆ ਭਾ। ਚਲੋ ਆਂਟੀ ਥੈਂਕ ਯੂ, ਵਧੀਆ ਗੱਲ ਆ। ਜੇਕਰ ਇਸ ਮੈਰਿਜ ਤੋਂ ਬਾਅਦ ਵੀ ਸਟੱਡੀ ਕਰ ਰਹੇ ਨੇ, ਤੁਸੀਂ ਇਹਨਾਂ ਕੋਪਰੇਟ ਕਰ ਰਹੇ ਹੋ ਇਹਨਾਂ ਨੂੰ, ਅਤੇ ਇਸ ਲਈ ਆਂਟੀ ਤੁਹਾਡੇ ਲਈ ਤਾੜੀਆਂ ਹੋਣੀਆਂ ਚਾਹੀਦੀਆਂ ਨੇ। ਬਈ ਨਿਆਣੇ ਜਿਹੜੇ ਨੇ ਸਾਰੇ ਬਹੁਤ ਵਧੀਆ ਨੇ, ਟੈਲੈਂਟਡ ਵੀ ਬਹੁਤ ਨੇ, ਖੁਸ਼ਨੁਮਾ ਵੀ ਬਹੁਤ ਨੇ, ਹੱਸਮੁੱਖ ਵੀ ਬਹੁਤ ਨੇ, ਹੱਸਦੇ ਰਹਿੰਦੇ। ਵੇਖੋ ਚਿੱਟੇ ਦੰਦ ਹੱਸਣ ਨਹੀਂ ਹੋ ਰਹਿੰਦੇ ਕਿ ਲੋਕ ਭੈੜੇ ਸ਼ੱਕ ਕਰਦੇ। ਖੈਰ ਯਾਰ ਜੀ ਨਾਲ ਦੇ ਦੱਸਦੇ, ਪਰਫੋਰਮੈਂਸ ਵੀ ਬਹੁਤ ਵਧੀਆ ਨੇ। ਸੋ ਆਪਣੇ ਕੋਲ ਜਿਹੜੀ ਪਰਫੋਰਮੈਂਸ ਹੈ ਬਿਲਕੁਲ ਰੈਡੀ ਆ, ਇਹ ਹੈਗਾ ਭੰਗੜਾ ਗਰੁੱਪ, ਤੁਸੀਂ ਨਹੀਂ ਭੰਗੜਾ ਪਾਉਣਾ? ਹਾਂਜੀ ਮੈਂ ਸਦਕੇ ਜਾਵਾਂ, ਮੈਂ ਦੇਖੂੰਗਾ ਜ਼ਰੂਰ। ਖੈਰ ਕੋਈ ਗੱਲ ਨਹੀਂ, ਜੇ ਪਰਫੋਰਮੈਂਸ ਹੈ ਰੈਡੀ ਆ, ਜ਼ੋਰਦਾਰ ਤਾੜੀਆਂ ਮਾਰ ਦਿਓ ਉਹਨਾਂ ਦੀ ਪਰਫੋਰਮੈਂਸ ਕਰੋ। ਚਾ ਤੁਹਾਨੂੰ ਕੀ ਲੱਗਦਾ ਮੈਂ ਚੱਲ ਗਿਆ? ਗਿਆ ਨਹੀਂ ਸੀਗਾ, ਇੱਥੇ ਦੇਖ ਰਿਹਾ ਸੀਗਾ। ਖੈਰ ਜੀ ਜਦੋਂ ਤੁਹਾਨੂੰ ਦੱਸਿਆ ਵੀ ਨਿਆਣੇ ਜਿਹੜੇ ਬਹੁਤ ਟੈਲੈਂਟਡ ਨੇ, ਅਗਲੀ ਪਰਫੋਰਮੈਂਸ ਬਿਲਕੁਲ ਰੈਡੀ ਆ, ਉਹਦੇ ਲਈ ਤਾੜੀਆਂ ਇਹ ਮਰਵਾਓ। ਵਧੀਆ ਸਟੂਡੈਂਟ, ਪਰ ਇੱਥੇ ਸਮਾਂ ਆ ਗਿਆ ਨਿੱਕੀ ਜਿਹੀ ਬ੍ਰੇਕ ਦਾ, ਜਾਇਓ ਕਿਤੇ ਵੀ ਨਾ, ਇੱਥੇ ਬੈਠੇ ਰਹੋ, ਨਹੀਂ ਤੇ ਇਹਨੇ ਗੁੱਸਾ ਇਹਨਾਂ ਨੇ ਗੁੱਸਾ ਕਰ ਦੇਣਾ। ਸੋ ਮਿਲਦੇ ਆਪਾਂ ਬ੍ਰੇਕ ਦੇ ਬਾਅਦ, ਦੇਖਦੇ ਰਹੋ ਕੈਂਪਸ ਰਿਪੋਰਟਰ। Thank you.
ब्रेक बाद एक रिपीट आर सदा बहुत स्वागत है अपने शो विजन मैं कैंपस रिपोर्टर मेरा नाम मुकेश वरा। बस जी थोन मैं की दसा रब ने ऐसे एक पार लाए ना मेरी मैं उठ के कितने पहुँच जाना। देखो जी इस वे मैं उदयपुर पहुंचा हुआ क्या खूबसूरत जगह है क्यों है वापस आ जा तो लो जी वापस आ गए आप हम वापस आ गए अपनी यूनिवर्सिटी के बिच। वैसे अपने को होर भी जगह ने कहते मैं इतों उठ के हाए वो देखो इधर पहुँच गया कितनिया खूबसूरत जगह सड़न की लड़ नहीं है। असल दसा जी उड़ उड़ के मैं थोड़ा थक गया भुख लगी है आप अपनी यूनिवर्सिटी वापस आईए तो जाके पता करिए खाण पीन कितों मिलेगा। कहते हैं रेस्टोरेंट बड़ा सोहना इतने का आज यही जगह तो मैं लभन दिया कोई आया नहीं हले तक आज कौन है खाण को पूछना है तू कुटना आयो पहले तू कुटन गया था मल्ले शेरा हैं क्या लोगे सर मैं 500-500 रुपया लूँगा तो तू वो नहीं है सर हमारे पास फिर इसे कुछ खाने में क्या लोगे खाने में भी गल्ला कर दी हैं दो मिनट लो जी आ वाले बच्चे ने जिहड़े इत्थे स्टडी करते हैं सो इन्हां नाल गल्लां बातां करांगे आपां आ वाले भी बच्चे हैगे ने एक दम बच्चा ठोदी दे ना ठोया सच्चा ससी की नाम थोड़ा अजय कुमार थोड़ा की नाम विशाल कुमार विशाल आ बड़े तिखे जे कट्ठे कीते सिर ते दिखाई अच्छा ये इस करके रखे है भी जे कोई मान लो क्लाइंट कोई इत्थे आउंदा आ है ना कस्टमर कोई बदतमीजी नाल बोलदा आ ते इदां ही चपाउंदा फड़ के ये तो पहले दसा जी जे इस चीज़ की कमी है पूरी करता है देखो किसी ने कट्ठे न्यूडल खाते तो मैं न्यूडल पा के दिता यहीं क्यों ज्वाइन करा आपने एक तो सर लोकल पढ़ता है हमारे पास है हमारे हाँ और दूसरा स्टडी बेस पे जी करता से इतने पढ़ने हाँ जी तां करके नाली विराशा खुल गई तेरिया सारिया इधर आओ घूम के तुम इस बने इधर आओ सत श्रीकाल की कराया जाता थोड़ा इसे हाँ जी क्या क्या सिखाया जाता है यहाँ सर यहाँ पर हमें बहुत कुछ सिखाया जाता है सर ये रेस्टोरेंट के बारे में सिखाया जाता है और अगर आजा बैक गेरी पाई जाना फ्रंट पे आओ बताओ सर रेस्टोरेंट के बारे में सिखाया जाता है और किचन फूड प्रोडक्शन के बारे में सिखाया जाता है हाउस कीपिंग के बारे में सिखाया जाता है और सर बहुत कुछ खर्चा कितना लगता है महीने का साल का क्या पैकेज क्या लेते क्या ये इसका फीस वीस क्या है सर फीस 20,000 शर्माई को देना है पूछ रहा है किसी से सर बताऊँ कि ना बताऊँ जो लगती है वो लगती है यार जो बच्चा आना चाहते हैं बता दो ना क्या खर्चा लगता है तुम इधर आओ वेरियस टाइप्स ऑफ टर्बाइन तो की डिफरेंशिएट है वेरियस टाइप जिदा टर्बाइन है डैम है नंगल डैम है भाखड़ा नंगल डैम है फिर इधर है रणजीत सागर डैम है उन्होंने जो टर्बाइनस लगिया ने किस बिहाव से लगिया ने उन्हों की एफिशिएंसी कितनी होएगी तो जनरेट कर सकेगी इलेक्ट्रिसिटी कि नहीं ओके मतलब कहने का मतलब कि जिहड़े तुसीं सुनिया होना भी डैम के जिहड़े ने बत्ती पैदा की जाती है वो जी लाइट जी पैदा की जाती है वो इतने दसया जाता भी वह कि एक्चुअल पैदा लाइट होंगी कि जिहड़ा असीं हमेशा सुन च बहुत बारी आया अज सिखो भी मैं भी समझदा सर मैं थोड़ा डिटेल दूँ जी इस तो कितना असी जी बिजली आ इस तो कितना पैदा डैम में साढ़े को जनरली स्टोर किया हों पानी आप जिदा नहीं एक तरह का स्टोरेज नहीं है ये अपना अपने आप ही डैम की जिदा स्टोरेज मान लो ए हाइट है डैम की वाटर का लैवल है ठीक है उत्तों पानी आना एड़ चा पानी सप्लाई करना एड़ सप्लाई करा एड़ टेंजेंशियल रो टच करेगी अंदर ब्लेड लगे हुए हैं इदा करके ब्लेड लगे हुए ब्लेड में टच करेगी स्ट्राइक करेगा वाटर तो रोटेट करना स्टार्ट कर देगी ठीक है जो रोटेट कर ला पेगी कॉन्सटेंटली वाटर पै रहा तो कॉन्सटेंटली RPM से रोटेट कर ला पैना हूँ स्पैसीफिक अमाउंट चाहिए होगी वाटर की जिद टॉर्क जनरेट करेगी जिन्होंने आप कहने ताकत पंजाबी हाँ जी स्पीड अलग चीज़ है टॉर्क अलग चीज़ है और टॉर्क चाहिए जनरेटर चलाने अगे फिर जनरेटर किन्ने किलो वाट का लगे वो डिपेंड करता तुहाडी कैपैसिटी टर्बाइन दे जां वाटर हैड ते डिपेंड करता किन्ना वाटर साढ़े को अवेलेबल है उस हिसाब ना साइज सर माड़ा चला के देख सकते हाँ जी हाँ जी माड़ा सर चलाओ जी चलाओ सर हाँ अच्छा आज पता लगा मैनू सत श्रीकाल सत श्रीकाल थोड़ा की नाम उत्कर्ष 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 की कर दियो मैं मकैनिकल सैम ओके रहने कितने हो जम्मू
बेसिकली जम्मू से हूँ, अभी यहाँ पे हॉस्टल में, बेसिकली वैसे जम्मू से। तो इसी यूनिवर्सिटी में एडमिशन लेने की खास वजह ये है कि ये यहाँ पे जैसे लाइब्रेरी की फैसिलिटी यहाँ पे पूरी है, मशीन जैसे यहाँ पे गायब हो गई, यहाँ पे ऐसी ऐसी मशीन है जो दूसरे इंस्टीट्यूट में मैंने नहीं देखी। okay. मैंने काफ़ी इंस्टीट्यूट में विज़िट की बट मैंने इस तरह की मशीन्स या इस लेवल का नहीं देखा, तो इस कारण मैंने यहाँ पे बढ़िया कैंपस की गलबात जी ने दसी है, वीर ने भी दसी है, भी जो मशीन इतने ने वो किसी और कैंपस से नहीं है, ता ही वह इन्होंने इतने एडमिशन ली। निकी जी ब्रेक का कित भी ना जायो, मैं हमने वापस आना इन्हों के नाल नवे बच्चों फिर आप मिलते हैं ब्रेक बाद। हेलो जी, ब्रेक तो बाद एक रिपेट सर का बहुत बहुत स्वागत है अपने शो में, जिन्हें मैं कैंपस रिपोर्टर भाई आप अपनी यूनिवर्सिटी गल बात कर रहे हैं। नंबा कद एडा वा सताल भाजी महाराज भाजी सुन के वीरे वीरे दिन गल सुन के भाई दी रोज रोज भाई जी ਕਿਹੜੇ ਸ਼ਹਿਰ ਦਾ ਭਾਈ ਆਪਾਂ ਲੋਕਲੀ ਆ ਗਏ ਭਾਈ ਜੀ ਆ ਪਿੱਛੇ ਭੋਲਾ ਭੋਲਾ ਕਰੀ ਜਾਂਦੇ ਕਿਹੜਾ ਹੈ ਭੋਲਾ ਨਹੀਂ ਭਾਈ ਇੱਥੇ ਆਪਣੇ ਹੀ ਮੁੰਡੇ ਨਹੀਂ ਯਾਰ ਇਹ ਆਪਣੇ ਮੁੰਡੇ ਆ ਹਾਂਜੀ ਡੈਡੀ ਹੋ ਬੜ ਜਾਣਾ ਸੁਣ ਕੇ ਖੈਰ ਭਾਈ ਜੀ ਇੱਕ ਜੀ ਦੱਸੋ ਆ ਇਹ ਪੱਕਾ ਵਗਿਆ ਕਿ ਬਣਾਇਆ ਪੈਨ ਆਪੇ ਬਣਾਇਆ ਜੀ ਸਾਰਾ ਦਿਨ ਨਹੀਂ ਕੁਝ ਅੱਛਾ ਵੱਡੀ ਬੋਰਡ ਦੇ ਨੁਕਸਾਨ ਵੀ ਇਹੀ ਆ ਹਾਂਜੀ ਅਗਲਾ ਬੰਦਾ ਵੀ ਕਾਪੀ ਮੁੱਕ ਜੇ ਭਾਜੀ ਦੋ ਮਿੰਟ ਇੱਕ ਲਿਖਣਾ ਕੁਝ ਮੜੇ ਚਲੋ ਭਾਈ ਜੀ ਬਹੁਤ ਵਧੀਆ ਪੜ੍ਹਦੇ ਕਿਹੜੀ ਕਲਾਸ ਨੂੰ ਵੀਰੇ ਮੈਂ ਭਾਈ ਫਸਟ ਸਮੈਸਟਰ ਜਾਂ ਲੈ ਓਕੇ ਅੱਛਾ ਹੁਣੇ ਇਹ ਹਾਲ ਆ ਭਾਈ ਜੀ ਆਹ ਥੋੜਾ ਜਿਹਾ ਕਿੱਦਾਂ ਇਹ ਥੋੜਾ ਜਿਹਾ ਬੁਖਾਰ ਹੋ ਗਿਆ ਸੀਗਾ ਟਾਈਫਾਇਡ ਹੋ ਗਿਆ ਸੀਗਾ ਇਹ ਕਿਹੜਾ ਬੁਖਾਰ ਜਿਹੜਾ ਇੱਥੇ ਆ ਕੇ ਫੁੱਲ ਜਾਂਦਾ ਟਾਈਫਾਇਡ ਹੋ ਗਿਆ ਸੀ ਲਿਆਓ ਭਾਜੀ ਆ ਜਾਓ ਚੱਲ ਜਾਓ ਇਹ ਟਾਈਫਾਇਡ 6 ਮਹੀਨੇ ਦਾ ਹੋ ਗਿਆ ਤੇ ਫਿਰ ਮੁਸ਼ਕਲ ਹੋ ਜੂਗੀ ਐਡਾ ਟਾਈਫਾਇਡ ਲੱਗ ਉਤਰੇ ਫਿਰ ਉਹ ਕੁਛ ਨਹੀਂ ਟਾਈਫਾਇਡ ਹੋਇਆ ਖੈਰ ਸਤਿ ਸ਼੍ਰੀ ਅਕਾਲ ਜੀ नमस्कार जी ਤੁਸੀਂ ਬੜੀ ਬੋਤਲ ਨਾਲ ਮੈਜਿਕ ਟੀ-ਸ਼ਰਟ ਵੀ ਕਰਕੇ ਆਏ ਹੋ ਅੱਛਾ ਉਹ ਤਾਂ ਮੈਚਿੰਗ ਦੇਖੋ 1 2 ਆ ਛੱਲਾ ਵੀ ਇਸੇ ਰੰਗ ਦਾ ਆ ਇੱਧਰ ਆਓ ਇੱਥੇ ਆਓ ਗੱਲਾਂ ਗੋਰੀ ਸ਼ਕਲ ਕੁੜੀਆਂ ਵਰਗੀ ਹੈ ਤੇਰੀ ਤਾਂ ਇੱਧਰ ਖੜਾ ਰਿਆ ਇੱਧਰ ਇਹ ਤਿੰਨਾਂ ਦੇ ਵਿੱਚ ਆ ਜਾਓ ਇੱਥੇ ਥੋੜਾ ਜਿਹਾ ਨੀਵੇਂ ਹੋ ਹੁਣ ਅਸੋ ਸਾਰੇ ਉਹ ਜੀ ਲੱਗਣ ਦੇ ਹੁਣ ਮੇਰੇ ਕੋਲ ਬੋਲੀਆਂ ਵਾਲੀਆਂ ਕੁੜੀਆਂ ਵੀ ਹੈਗੀਆਂ ਨੇ ਟੱਪੇ ਟੱਪੇ ਆਂਦੀ ਆਈ ਵਾਰੀ ਟੱਪੇ ਟੱਪੇ ਆਂਦੀ ਆਈ ਵਾਰੀ ਮੈਂ ਕੁੜੀ ਗੁਰਦਾਸਪੁਰ ਦੀ ਟੱਪਿਆ ਤੋਂ ਨਾ ਹਾਰੀ ਮੈਂ ਕੁੜੀ ਗੁਰਦਾਸਪੁਰ ਦੀ ਟੱਪਿਆ ਤੋਂ ਨਾ ਹਾਰੀ ਆਲੂ ਮਟਰ ਬਣਾਏ ਹੋਏ चलो जी थोड़े लिए साढ़े को ले गिफ्ट भी हैगा एदे नाल रंग जिहड़ा आ रंग साफ होंदा हाँ जी एक मिनट रुक जो ये रंग नहीं साफ करता है मन चो वहम भी करता है एक नूर वालों इन्हां लई गिफ्ट खैर भाई बहुत वधिया जी सारे बच्चे बहुत टैलेंटेड आ पर समा गया इत्थे जाण दा सत श्रीकाल कहण दा नवे कैंपस जाण दा सो भाई तुहानू सारयां नू बहुत बहुत वधाइयां सो तुहाडी बेस्ट ऑफ लक भी तुहाडे फ्यूचर दे लई ਜਾਂਦੇ ਜਾਂਦੇ ਇੱਕ ਗਾਣਾ ਹੋ ਜਿਓ ਦੰਦ ਸੋਨੇ ਦਾ ਲਵਾ ਕੇ ਗੰਨੀ ਮੁੰਦਰਾ ਪਵਾਂਗੇ ਮੁੰਦਰੇ ਪਿੱਛੇ ਘੁੰਮਦਾ ਏ ਬਣ ਠਣ ਕੇ ਕੁੜੀਏ ਦੀ ਪਤਲੇ ਜ ਲੱਕ ਵਾਲੀ ਏ ਨੀ ਮੁੰਡਾ ਢੋਰ ਤੇ ਸ਼ਕੀਨੀ ਲਾਉਂਦਾ ਤੇਰੇ ਕਰਕੇ ਕੁੜੀਏ ਦੀ ਪਤਲੇ ਜ ਲੱਕ ਵਾਲੀ ਏ ਨੀ ਮੁੰਡਾ ਢੋਰ ਤੇ ਸ਼ਕੀਨੀ ਲਾਉਂਦਾ ਤੇਰੇ ਕਰਕੇ ਯੂਨੀਵਰਸਿਟੀ ਬਹੁਤ ਵਧੀਆ ਸਟੂਡੈਂਟ ਬਹੁਤ ਵਧੀਆ ਲੱਗ ਰਿਹਾ ਨਾ ਗੱਲਾਂ ਪਤਾ ਕਰਕੇ ਪਰ ਹਰ ਵਾਰ ਤੇਰਾ ਸਮਾਂ ਆ ਗਿਆ ਤੁਹਾਨੂੰ ਸਤਿ ਸ਼੍ਰੀ ਅਕਾਲ ਕਰਨ ਦਾ ਇਸ ਵਾਰ ਨਾਲ ਫਿਰ ਮਿਲਾਂਗੇ ਨਵੇਂ ਕੈਂਪਸ ਨਵੇਂ ਬੱਚਿਆਂ ਨਾਲ ਤਦ ਤੱਕ ਸਤਿ ਸ਼੍ਰੀ ਅਕਾਲ ਬਾਈ ਥੈਂਕ ਯੂ ਸਭ ਦਾ